ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਸਵੇਰੇ ਇੱਕ ਟਵੀਟ ਕਰਕੇ ਉਹਦੇ ਵਿੱਚ ਇੱਕ ਵੀਡੀਓ ਪਾ ਕੇ ਪੰਜਾਬ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਸਤੀਫਾ ਤੇ ਸਿਆਸਤ ਛੱਡਣ ਦੇ ਬਾਰੇ ਵੱਡਾ ਬਿਆਨ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਕੀ ਕਹਿਣਾ ਚਾਹੁੰਦੇ ਨੇ ਇਸ ਬਿਆਨ ਦੇ ਰਾਹੀਂ, ਇਸ ਵੀਡੀਓ ਦੇ ਰਾਹੀਂ, ਇਸ ਤੇ ਗੱਲਬਾਤ ਕਰਾਂਗੇ ਕਿ ਹਾਈਕਮਾਨ ਅਤੇ ਜਿਹੜਾ ਚੰਨੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਨੇ ਸਿੱਧੂ, ਜੇ ਦੇਣਾ ਚਾਹੁੰਦੇ ਨੇ ਤਾਂ ਕਿਉਂ ਦੇਣਾ ਚਾਹੁੰਦੇ ਨੇ ਇਹ ਜਿਹੜੀ ਧਮਕੀ ਜਾਂ ਚੇਤਾਵਨੀ ਹੈ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਸਿੱਧੂ ਜਿਹੜੇ ਹੈ ਉਹ ਲਗਾਤਾਰ ਕੇਜਰੀਵਾਲ ਦੇ ਉੱਪਰ ਵੀ ਵਰਦੇ ਦਿਖਾਈ ਦਿੰਦੇ ਨੇ ਤੇ ਉੱਧਰ ਲਗਾਤਾਰ ਕੇਜਰੀਵਾਲ ਵੀ ਗਰੰਟੀਆਂ ਤੇ ਗਰੰਟੀਆਂ ਦਿੰਦੇ ਜਾ ਰਹੇ ਨੇ। ਕਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਪੋਲ ਖੋਲੀ ਹੈ ਨਵਜੋਤ ਸਿੰਘ ਸਿੱਧੂ ਨੇ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਕਰਾਂਗੇ। ਗੱਲਬਾਤ ਕਰਨ ਦੇ ਲਈ, ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਨਵਜੋਤ ਸਿੰਘ ਸਿੱਧੂ ਦੇ ਜੀ ਬਿਆਨ ਤੋਂ ਹੀ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਗਾ ਤੇ ਉਸ ਟਵੀਟ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ। ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਆਪਣੀ ਮਦਰ ਦੇ ਬਾਰੇ ਉਹ ਗੱਲਾਂ ਕਹਿ ਰਹੇ ਨੇ ਕਿ ਮੇਰੇ ਉਹ ਮੈਂਟੋਰ ਨੇ, ਉਹ ਮੇਰੇ ਗੁਰੂ ਨੇ, ਮੇਰੇ ਇੰਸਪੀਰੇਸ਼ਨ ਨੇ, ਉਹ ਏਦਾਂ ਗੱਲਾਂ ਕਹਿ ਰਹੇ। ਉਹ ਕਹਿੰਦੇ ਕਿ ਮੇਰੇ ਮਾਂ ਨੇ ਮੈਨੂੰ ਅਜਿਹਾ ਕਿਰਦਾਰ ਦਿੱਤਾ ਜਿਹੜਾ ਕਦੇ ਡੋਲਣ ਨਹੀਂ ਦਿੱਤਾ। ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹਿਤੀ, ਕਹਿੰਦੇ ਮੈਂ ਇਸੇ ਕਰਕੇ ਮੈਂ ਜਦੋਂ ਦੇਖਦਾ ਵੀ ਸਿਆਸਤ ਮੇਰੇ ਤੇ ਬੋਝ ਬਣ ਰਹੀ ਹੈ, ਇਸੇ ਕਰਕੇ ਮੈਂ ਅਸਤੀਫੇ ਦੇ ਦਿੰਦਾ, ਇਸੇ ਕਰਕੇ ਮੈਂ ਸਿਆਸਤ ਕਹਿੰਦੇ ਵਗਾ ਕੇ ਮਾਰਦਾ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਸੰਦਰਭ ਦੀ ਆਪਾਂ ਗੱਲ ਕਰ ਰਹੇ ਹਾਂ, ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਸਮੀਕਰਨ ਜਿਹੜੇ ਬਣਦੇ ਜਾ ਰਹੇ ਆ, ਜਿਵੇਂ ਆਪਾਂ STF ਰਿਪੋਰਟ ਨੂੰ ਲੈ ਕੇ ਦੇਖ ਲਓ, ਉਹਦੇ ਵਿੱਚ ਵੀ ਲਗਾਤਾਰ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਕਿ ਭਾਈ ਤੁਸੀਂ ਉਹ ਤੇ ਕਾਰਵਾਈ ਕਰੋ, ਤੇ ਹਾਈਕੋਰਟ ਨੇ ਵੀ ਕਹਿਤਾ ਕਿ ਅਸੀਂ ਕਾਰਵਾਈ ਤੋਂ ਰੋਕਿਆ ਨਹੀਂ, ਹਾਲੇ ਵੀ ਚੰਨੀ ਸਰਕਾਰ ਦੇ ਵੱਲੋਂ ਕਾਰਵਾਈ ਨਹੀਂ। ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਐਲਾਨ ਕਰ ਚੁੱਕੇ ਨੇ ਕਿ ਮੈਂ ਜੇ ਕੋਈ ਬੇਅਦਬੀ ਦੇ ਵਿੱਚ ਇਨਸਾਫ਼ ਨਾ ਮਿਲਿਆ ਤਾਂ ਮੈਂ ਸਿਆਸਤ ਸਦਾ ਲਈ ਵੀ ਛੱਡ ਦਊਂਗਾ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਲਗਾਤਾਰ ਆਪਾਂ ਕਹਿੰਦੇ ਦਿਖਾਈ ਦਿੱਤੀ ਹੈ ਕਿ ਜੇਕਰ STF ਰਿਪੋਰਟ ਨਾ ਖੋਲੀ ਤਾਂ ਮੈਂ ਦੇਹ ਵੀ ਜਿਹੜੀ ਹੈ ਉਹ ਦਾਅ ਤੇ ਲਾ ਦੂੰਗਾ। ਤਾਂ ਡਾਕਟਰ ਸਾਹਿਬ, ਇਸ ਬਿਆਨ ਦੇ ਜ਼ਰੀਏ ਬੇਸ਼ੱਕ ਉਹਨਾਂ ਨੇ ਆਪਣੀ ਮਾਂ ਦੇ ਸੰਦਰਭ ਦੇ ਵਿੱਚ ਬਿਆਨ ਦਿੱਤਾ, ਆਪਣੇ ਮਾਂ ਦੇ ਵੱਲੋਂ ਦਿੱਤੇ ਸੰਸਕਾਰਾਂ ਦੇ ਸੰਦਰਭ ਦੇ ਵਿੱਚ ਬਿਆਨ ਦਿੱਤਾ ਕਿ ਮੇਰੀ ਮਾਂ ਨੇ ਮੈਨੂੰ ਕਿਰਦਾਰ ਦਿੱਤਾ ਤੇ ਮੈਂ ਡੋਲਿਆ ਨਹੀਂ ਤੇ ਮੈਂ ਇਸੇ ਕਰਕੇ ਅਸਤੀਫੇ ਤੇ ਸਿਆਸਤ ਵਗਾ ਕੇ ਮਾਰਦਾ। ਡਾਕਟਰ ਸਾਹਿਬ, ਕਿਤੇ ਨਾ ਕਿਤੇ ਇਹ ਸਾਰੀਆਂ ਜੋ ਸਮੀਕਰਨ ਅੱਜ ਬਣੇ ਹੋਏ ਨੇ ਪੰਜਾਬ ਕਾਂਗਰਸ ਦੇ ਜਾਂ ਕਹਿ ਲਓ ਹਾਈਕਮਾਨ ਦੇ ਜਾਂ ਕਹਿ ਲਓ ਪੰਜਾਬ ਕਾਂਗਰਸ ਦੇ ਕਹਿ ਲਓ, ਇਹ ਸਾਰੇ ਸਿੱਧੂ ਦੇ ਪ੍ਰਤੀ ਜਿਸ ਤਰੀਕੇ ਦੇ ਸਮੀਕਰਨ ਬਣੇ ਨੇ ਉਹਨਾਂ ਦੇ ਲਈ ਆਪਾਂ ਜੋੜ ਕੇ ਦੇਖ ਸਕਦੇ ਹਾਂ ਕਿ ਸਿੱਧੂ ਦਾ ਇਹ ਬਿਆਨ ਜਿਹੜਾ ਹੈ ਸਿੱਧੇ ਤੌਰ ਤੇ ਚੰਨੀ ਸਰਕਾਰ ਨੂੰ ਤੇ ਹਾਈਕਮਾਨ ਨੂੰ ਚੇਤਾਵਨੀ ਵੀ ਹੋ ਸਕਦੀ ਹੈ। ਬਿਲਕੁਲ, ਦੇਖੋ ਸੁਖਵਿੰਦਰ ਜੀ, ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਜੋ ਲਿਖਿਆ ਉਹਨਾਂ ਨੇ ਜਾਂ ਜੋ ਪੇਸ਼ ਕੀਤਾ ਹੈ ਉਹਦੇ ਬਾਰੇ ਐਨਾਲਿਸਿਸ ਕੀਤਾ ਜਾਏ। ਪਹਿਲਾਂ ਉਹਦੇ ਨਾਲੋਂ ਸਮਝਣਾ ਇਹ ਵੀ ਜ਼ਰੂਰੀ ਹੈ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ, ਵਾਰ ਵਾਰ ਸਿੱਧੂ ਸਾਹਿਬ ਇਸ ਤਰ੍ਹਾਂ ਦੇ ਬਿਆਨ ਕਿਉਂ ਦੇ ਰਹੇ ਨੇ, ਇਸ ਤਰ੍ਹਾਂ ਦੇ ਟਵੀਟ ਕਿਉਂ ਕਰ ਰਹੇ ਨੇ, ਜਾਂ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਕਿਉਂ ਕਹਿ ਰਹੇ ਨੇ, ਇਹਨੂੰ ਸਮਝਣ ਦੀ ਲੋੜ ਹੈ। ਉਹਦੇ ਵਿੱਚ ਵੱਡਾ ਕਾਰਨ ਇਹੀ ਹੈ ਕਿ ਕਾਂਗਰਸ ਦੇ ਵਿੱਚ ਜਿਸ ਕਿਸਮ ਦੇ ਨਾਲ ਉਹਨਾਂ ਦੇ ਲਗਭਗ 4.5 ਸਾਲ ਤੋਂ ਇੱਕ ਤਨਦੇਹੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀਗਾ। ਤਨਦੇਹੀ ਦਾ ਮਤਲਬ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਾ ਸ਼ੁਰੂ ਕੀਤਾ ਸੀਗਾ ਔਰ ਪੰਜਾਬ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਖੋਜ ਕਰਕੇ, ਰਿਸਰਚ ਕਰਕੇ ਇੱਕ ਪੰਜਾਬ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਔਰ ਉਸ ਪੰਜਾਬ ਮਾਡਲ ਨੂੰ ਉਹਨਾਂ ਨੇ ਲੋਕਾਂ ਦੇ ਸਾਹਮਣੇ, ਪੰਜਾਬੀਆਂ ਦੇ ਸਾਹਮਣੇ ਰੱਖਿਆ ਸੀਗਾ ਔਰ ਉਸ ਨੂੰ ਇੱਕ ਚੰਗਾ ਰਿਸਪੌਂਸ ਵੀ ਮਿਲ ਰਿਹਾ ਸੀਗਾ ਉਸ ਮਾਡਲ ਨੂੰ। ਉਹ ਮਾਡਲ ਇਹੀ ਸੀਗਾ ਕਿ ਪੰਜਾਬ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ, ਚਾਹੇ ਉਹ ਕਿਸਾਨੀ ਦੀ ਹੈ, ਚਾਹੇ ਨੌਜਵਾਨੀ ਦੀ ਹੈ, ਚਾਹੇ ਮਾਫੀਏ ਨੂੰ ਕੰਟਰੋਲ ਕਰਨ ਦੀ ਹੈ, ਉਹ ਪੈਸਾ ਜਿਹੜਾ ਹੈਗਾ ਉਹ ਪੰਜਾਬ ਦੇ ਖਜ਼ਾਨੇ 'ਚ ਆਵੇ ਔਰ ਪੰਜਾਬ ਦੇ ਉੱਤੇ ਜਿਹੜਾ 3 ਲੱਖ ਕਰੋੜ ਰੁਪਏ ਤੋਂ ਵੱਧ ਜਿਹੜਾ ਕਰਜ਼ਾ ਹੈ ਉਹਨੂੰ ਉਤਾਰਿਆ ਜਾਵੇ ਔਰ ਇਹੀ ਪੈਸਾ ਜਦੋਂ ਵੱਧ ਜਾਏਗਾ, ਮਾਫੀਏ ਨੂੰ ਕੰਟਰੋਲ ਕੀਤਾ ਜਾਏਗਾ ਤਾਂ ਇਸ ਪੈਸੇ ਨੂੰ ਲੋਕਾਂ ਦੇ ਉੱਤੇ ਲਾਇਆ ਜਾਵੇ, ਲੋਕਾਂ ਨੂੰ ਰੁਜ਼ਗਾਰ ਦੇਣ ਦੇ ਉੱਤੇ, ਲੋਕਾਂ ਦੀ ਆਮਦਨ ਵਧਾਉਣ ਦੇ ਉੱਤੇ ਖਰਚ ਕੀਤਾ ਜਾਵੇ। ਸੋ ਇਸ ਤਰ੍ਹਾਂ ਦਾ ਮਾਡਲ ਉਹ ਲੈ ਕੇ ਆ ਰਹੇ ਸੀਗੇ ਪਰ ਇਹ ਮਾਡਲ ਤਾਂ ਹੀ ਚੱਲਣਾ ਸੀਗਾ ਜੇਕਰ ਪਾਰਟੀ ਉਹਦਾ ਸਾਥ ਦਿੰਦੀ, ਪਾਰਟੀ ਦੇ ਨਾਲ ਚੰਗੇ ਇਮਾਨਦਾਰ ਲੋਕ ਉਹਨਾਂ ਦੇ ਨਾਲ ਰਲਦੇ ਔਰ ਅਗਲੀਆਂ ਜਿਹੜੀਆਂ ਚੋਣਾਂ ਹੋਣੀਆਂ ਸੀਗੀਆਂ 22 ਦੀਆਂ ਉਹਨਾਂ ਉਹਦੇ ਵਿੱਚ ਚੰਗੇ ਇਮਾਨਦਾਰ ਲੋਕ ਉਹ ਅੱਗੇ ਲਿਆਉਂਦੇ ਤੇ ਉਹ ਮਾਡਲ ਨੂੰ ਲਾਗੂ ਕਰਦੇ। ਪਰ ਹੋ ਕੀ ਰਿਹਾ, ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਿ ਜਦੋਂ ਚੋਣਾਂ ਨੂੰ ਲੈ ਕੇ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ ਤਾਂ ਉਹਦੇ ਵਿੱਚ ਉਹੀ ਚਿਹਰੇ ਰੱਖੇ ਗਏ
ਜਿਨ੍ਹਾਂ ਚਿਹਰਿਆਂ ਦੇ ਉੱਤੇ ਉਹਨਾਂ ਨੂੰ ਸ਼ੱਕ ਸੀਗਾ ਕਿ ਇਹਨਾਂ ਦੇ ਕਰਕੇ ਜਿਹੜਾ ਹੈਗਾ ਪੰਜਾਬ ਹੁਣ ਤੱਕ ਡੁੱਬਿਆ ਹੈ, ਔਰ ਇਹੀ ਚਿਹਰੇ ਦੁਬਾਰਾ ਫੇਰ ਜੇ ਅੱਗੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਇਹ ਮਾਡਲ ਜਿਹੜਾ ਹੈਗਾ ਉਹ ਸੰਪੂਰਨ ਨਹੀਂ ਹੋਏਗਾ, ਉਸ ਨੂੰ ਤੁਸੀਂ ਮੁਕੰਮਲ ਨਹੀਂ ਕਰ ਸਕਦੇ। ਸੋ ਇਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵਿੱਚ ਨਿਰਾਸ਼ਾ ਪਾਈ ਗਈ, ਔਰ ਇਹੀ ਕਾਰਨ ਹੈ ਕਿ ਅੱਜ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਸਵੇਰੇ ਸਵੇਰੇ ਜਿਹੜਾ ਟਵੀਟ ਉਹਨਾਂ ਨੇ ਜਿਹੜਾ ਪੇਸ਼ ਕੀਤਾ ਹੈ ਔਰ ਦੱਸਿਆ ਹੈ ਕਿ ਇਹਦੇ ਵਿੱਚ ਉਹਨਾਂ ਦਾ ਕਿਰਦਾਰ ਇੰਪੋਰਟੈਂਟ ਹੁੰਦਾ ਹੈ ਪੋਲਿਟਿਕਸ ਦੇ ਵਿੱਚ। ਜੇਕਰ ਤੁਹਾਡੇ ਕੋਲ ਕਿਰਦਾਰ ਹੀ ਨਹੀਂ ਹੈ ਤਾਂ ਤੁਸੀਂ ਇਹ ਜਿਹੜੇ ਮਾਡਲ ਦਿੰਦੇ ਹੋ ਜਾਂ ਇਹ ਜਿਹੜੀਆਂ ਲੋਕਾਂ ਨੂੰ ਤੁਸੀਂ ਲਾਰੇ ਲਾਉਂਦੇ ਹੋ ਉਹਨਾਂ ਦੀਆਂ ਕੋਈ ਜਿਹੜੀਆਂ ਨੇ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ। ਸੋ ਇਸ ਕਰਕੇ ਉਹਨਾਂ ਨੇ ਸਾਫ਼ ਤੌਰ ਤੇ ਡਾਕਟਰ ਸਾਹਿਬ ਕਿਹਾ ਸੀਗਾ ਕਿ ਪੰਜਾਬ ਮਾਡਲ ਜੇਕਰ ਮੈਨੂੰ ਲਾਗੂ ਨਾ ਕਰਨ ਦਿੱਤਾ ਤਾਂ ਮੈਂ ਅਸਤੀਫੇ ਜਿਹੜੇ ਆ ਉਹ ਵਗਾ ਕੇ ਮਾਰੂੰਗਾ, ਮੈਂ ਜਿਹੜਾ ਕਹਿੰਦਾ ਸੀਗਾ ਕਿ ਮੈਂ ਇੱਟ ਨਾਲ ਇੱਟ ਖੜਕਾ ਦੂੰਗਾ, ਲਗਾਤਾਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ। ਤਾਂ ਉਧਰ ਜਦੋਂ ਸੰਗਠਨਾਤਮਕ ਢਾਂਚੇ ਦੀ ਟੀਮ ਤਿਆਰ ਕੀਤੀ ਗਈ, ਜਿਹੜੀ ਟੀਮ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਰਲ ਕੇ ਕੰਮ ਕਰਨਾ ਹੈ, ਪੰਜਾਬ ਮਾਡਲ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਜਿਹੜੀ ਟੀਮ ਨੇ ਕੰਮ ਕਰਨਾ ਸੀ, ਸਿੱਧੂ ਦੀ ਮਦਦ ਕਰਨੀ ਸੀ, ਉਸ ਟੀਮ ਦੀ ਲਿਸਟ ਤਾਂ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ, ਪਰ 22 ਜ਼ਿਲ੍ਹਿਆਂ ਦੇ ਵਿੱਚ ਆਪਣੇ ਕੋਆਰਡੀਨੇਟਰ ਲਗਾ ਦੇਣੇ ਜਿਸ ਤਰੀਕੇ ਦੇ ਨਾਲ ਲਗਾ ਦਿੱਤੇ ਗਏ ਕੱਲ, ਤਾਂ ਉਹਦੇ ਵਿੱਚ ਇੱਕ ਵੀ ਪੰਜਾਬੀ ਚਿਹਰਾ ਮੈਨੂੰ ਲੱਗ ਨਹੀਂ ਰਿਹਾ, ਕੋਈ ਸਿੰਘ ਨਾਮ ਦਾ ਕੋਈ ਬੰਦਾ ਉਹਦੇ ਵਿੱਚ ਦਿਖਾਈ ਨਹੀਂ ਦੇ ਰਿਹਾ। ਹਾਲਾਂਕਿ ਅਸੀਂ ਕੋਈ ਜਾਤ ਪਾਤ ਜਾਂ ਧਰਮ ਦੀ ਗੱਲ ਨਹੀਂ ਕਰ ਰਹੇ, ਮੇਰਾ ਸ਼ੱਕ ਇਹ ਹੈ ਕਿ ਸ਼ਾਇਦ ਉਹ 22 ਦੇ 22 ਚਿਹਰੇ ਹੋ ਸਕਦਾ ਹੈ, ਪੱਕਾ ਨਹੀਂ, ਹੋ ਸਕਦਾ ਕਿ ਉਹ 22 ਦੇ 22 ਜਿਸ ਤਰੀਕੇ ਦੇ ਨਾਮ ਨੇ ਉਹ ਲੱਗਦਾ ਕਿ ਪੰਜਾਬ ਤੋਂ ਬਾਹਰੋਂ ਹੀ ਨੇ ਸਾਰੇ। ਤਾਂ ਸਿੱਧੂ ਦੇ ਉੱਪਰ ਸਿੱਧੂ ਦੀ ਪਾਵਰ ਘਟਾਉਣ ਦੇ ਲਈ ਵੀ ਇਹ ਐਕਸ਼ਨ ਹੋ ਸਕਦਾ ਹਾਈਕਮਾਨ ਦਾ, ਕਿਉਂਕਿ ਸਿੱਧਾ ਜੇਕਰ 22 ਜ਼ਿਲ੍ਹਿਆਂ ਦੇ ਉੱਪਰ ਕੰਟਰੋਲ ਕਰ ਲਿਆ ਤਾਂ ਜ਼ਿਲ੍ਹਾ ਲੈਵਲ ਤੇ ਵੀ ਕੰਟਰੋਲ ਹੋ ਸਕਦਾ। ਜਿੱਥੇ ਅੰਬਿਕਾ ਸੋਨੀ ਪੰਜਾਬ ਦੇ ਵਿੱਚ ਕੋਆਰਡੀਨੇਟਰ ਚੇਅਰਪਰਸਨ ਨੇ ਤਾਂ ਉਹਨਾਂ ਦੇ ਨਾਲ 22 ਕੋਆਰਡੀਨੇਟਰ ਪੰਜਾਬ ਲੈਵਲ ਤੇ ਲਗਾ ਦਿੱਤੇ। ਸਿੱਧਾ ਜਿਹੜਾ ਜੇ ਆਪਾਂ ਕਹਿ ਲਈਏ ਕਮਾਨ ਜਿਹੜੀ ਹੈ, ਸਿੱਧਾ ਕੰਟਰੋਲ ਜਿਹੜਾ 22 ਜ਼ਿਲ੍ਹਿਆਂ ਦੇ ਉੱਪਰ ਹਾਈਕਮਾਨ ਦਾ ਹੋ ਗਿਆ। ਤਾਂ ਸਿੱਧੂ ਨੂੰ ਕਿਤੇ ਨਾ ਕਿਤੇ ਝਟਕੇ ਦੇ ਰੂਪ ਦੇ ਵਿੱਚ ਵੀ ਸੀ, ਇਸੇ ਕਰਕੇ ਹੋ ਸਕਦਾ ਕਿ ਸਿੱਧੂ ਦੇ ਵੱਲੋਂ ਸਿੱਧ ਚੇਤਾਵਨੀ ਦੇ ਦਿੱਤੀ ਹੋਵੇ ਕਿ ਭਾਈ ਜੇਕਰ ਮੇਰੇ ਤੇ ਬੋਝ ਲੱਗਿਆ ਤਾਂ ਮੈਂ ਸਿਆਸਤ ਛੱਡ ਦੂੰਗਾ। ਬਿਲਕੁਲ ਬਿਲਕੁਲ, ਇਹੀ ਗੱਲਾਂ ਨੂੰ ਸਮਝਣ ਦੀ ਲੋੜ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੱਖ ਵੱਖ ਕਮੇਟੀਆਂ ਦੇ ਵਿੱਚ ਲਿਆਉਣਾ ਹੋਵੇ, ਚਾਹੇ ਸੁਨੀਲ ਜਾਖੜ ਸਾਹਿਬ ਨੂੰ ਲਿਆਉਣਾ ਹੋਵੇ, ਯਾਨੀ ਕਿ ਇਹੀ ਲੋਕ ਜਿਹੜੇ ਜਿਨ੍ਹਾਂ ਦੇ ਬਾਰੇ ਪਹਿਲਾਂ ਆਪਾਂ ਸੁਣਦੇ ਆ ਰਹੇ ਹਾਂ ਕਿ ਜਦੋਂ ਜਾਖੜ ਸਾਹਿਬ ਪ੍ਰਧਾਨ ਸੀਗੇ ਜਾਂ ਪ੍ਰਤਾਪ ਸਿੰਘ ਬਾਜਵਾ ਜੀ ਪ੍ਰਧਾਨ ਸੀਗੇ ਤਾਂ ਉਹਨਾਂ ਵੇਲਿਆਂ ਦੇ ਵਿੱਚ ਵੀ ਕਾਂਗਰਸ ਨੇ ਕੋਈ ਇਦਾਂ ਬਹੁਤੀ ਡਿਵੈਲਪਮੈਂਟ ਨਹੀਂ ਸੀ ਕੀਤੀ, ਬਹੁਤੀ ਤਰੱਕੀ ਨਹੀਂ ਸੀ ਹੋ ਗਈ ਹੋਈ, ਸਗੋਂ ਨੀਚੇ ਨੂੰ ਗਈ ਸੀ, ਸਗੋਂ ਡਾਊਨਫਾਲ ਹੋਇਆ ਸੀਗਾ ਜਦੋਂ ਅਸੀਂ ਇਹਨਾਂ ਦਾ ਪੀਰੀਅਡ ਦੇਖਦੇ ਹਾਂ। ਤਾਂ ਲਾਜ਼ਮੀ ਤੌਰ ਤੇ ਵੱਡੇ ਸਵਾਲ ਇਸ ਵੇਲੇ ਨਵਜੋਤ ਸਿੰਘ ਸਿੱਧੂ ਚੁੱਕਦੇ ਨਜ਼ਰ ਆ ਰਹੇ ਨੇ ਆਪਣੀ ਹਾਈਕਮਾਂਡ ਦੇ ਉੱਤੇ ਵੀ, ਔਰ ਪੰਜਾਬ ਦੀ ਜਿਹੜੀ ਅੰਦਰੂਨੀ ਕਲੇਸ਼ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਵੱਡੇ ਸਵਾਲ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਨੇ। ਸੋ ਵੱਡੀ ਗੱਲ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਤੁਸੀਂ ਕਿਰਦਾਰ ਵਾਲੇ ਬੰਦੇ ਜਾਂ ਚੰਗੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਆਉਣ ਨਹੀਂ ਦੇਵੋਗੇ ਤਾਂ ਤੁਹਾਡਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਕੋਈ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਜਿਵੇਂ ਪਹਿਲਾਂ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਕੱਲੀਆਂ ਉਹਨਾਂ ਨੇ ਕਿਹਾ ਨਹੀਂ ਹੈ ਹੁਣ ਤੱਕ, ਉਹਨਾਂ ਨੇ ਸਗੋਂ ਅਸਤੀਫੇ ਵੀ ਦਿੱਤੇ ਨੇ, ਉਹਨਾਂ ਨੇ ਆਪਣੀਆਂ ਜਿਹੜੀਆਂ ਕੈਬਨਿਟ ਮੰਤਰੀਸ਼ਿਪ ਹੈ ਉਹ ਵੀ ਛੱਡੀਆਂ ਨੇ, ਆਪਣੀਆਂ ਜਿਹੜੀਆਂ ਨੇ ਲੋਕ ਸਭਾ ਦੀ ਹੋਵੇ ਚਾਹੇ ਰਾਜ ਸਭਾ ਦੀ ਮੈਂਬਰਸ਼ਿਪ ਹੈ ਉਹਨਾਂ ਨੂੰ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਮਤਲਬ ਬਹੁਤੀ ਤਵੱਜੋ ਨਹੀਂ ਦਿੱਤੀ। ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਨਵਜੋਤ ਸਿੰਘ ਸਿੱਧੂ ਜਦੋਂ ਅਸੀਂ 4.5 ਸਾਲ ਦਾ ਪੀਰੀਅਡ ਉਹਨਾਂ ਦਾ ਲਗਭਗ ਦੇਖਦੇ ਹਾਂ ਕਾਂਗਰਸ ਦੇ ਵਿੱਚ, ਤਾਂ ਕਾਂਗਰਸ ਦੇ ਵਿੱਚ ਲਗਾਤਾਰ ਉਹ ਵੱਡੇ ਸਵਾਲ ਚੁੱਕਦੇ ਨਜ਼ਰ ਆਏ ਨੇ, ਸੋ ਹੁਣ ਵੀ ਚੁੱਕ ਰਹੇ ਨੇ, ਔਰ ਕਿਉਂਕਿ ਉਮੀਦ ਇਹੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਲਈ ਕਾਫੀ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ। ਸੋ ਉਮੀਦ ਕਰਨੀ ਬਣਦੀ ਹੈ ਕਿ ਇਹਨੂੰ ਕਿਵੇਂ ਸੁਲਝਾਇਆ ਜਾਏਗਾ, ਇਹ ਤਾਂ ਹੁਣ ਹਾਈਕਮਾਂਡ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਜੇਕਰ ਉਹ ਸਿਆਣੀ ਹੋਏਗੀ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਓਵਰਆਲ ਸਾਰੀ ਜਿਹੜੀ ਪੋਜੀਸ਼ਨ ਦੇਣੀ ਚਾਹੀਦੀ ਹੈ, ਔਰ ਉਹਨਾਂ ਨੂੰ ਵੱਡੇ ਫੈਸਲੇ ਲੈਣ ਦਾ ਜਿਹੜਾ ਹੈਗਾ ਮੌਕਾ ਦੇਣਾ ਚਾਹੀਦਾ। ਸੋ ਇਸ ਕਰਕੇ ਜੇਕਰ ਇਹ ਮੌਕਾ ਨਹੀਂ ਮਿਲਦਾ ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਵੇਂ ਬਾਰ ਬਾਰ ਇਹ ਗੱਲ ਕਹਿ ਰਹੇ ਨੇ, ਅੰਦਰ ਖਾਤੇ ਵੀ ਕਹਿ ਰਹੇ ਨੇ, ਬਾਹਰ ਸਿੱਧੇ ਜਾਂ ਸਿੱਧੇ ਤੌਰ ਤੇ ਕਹਿ ਰਹੇ ਨੇ, ਤਾਂ ਇਹਦਾ ਇਹਦਾ ਉਹ ਪ੍ਰੈਕਟੀਕਲ ਵੀ ਹੋ ਸਕਦਾ ਹੈ, ਇਹਨੂੰ ਉਹ ਜਾਨੀ ਕਿ ਜਿੱਥੇ ਅਮਲ ਦੇ ਵਿੱਚ ਵੀ ਲਿਆ ਸਕਦਾ ਜਿਹੜੀ ਹੈ, ਜਿੱਥੇ ਹਾਈ ਕਮਾਨ ਜਿਹੜੀ ਹੈ ਆਪਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਮੁੱਲ ਖੱਟ ਰਹੀ ਹੈ ਅਜਿਹੀਆਂ ਗਲਤੀਆਂ ਕਰਕੇ, ਤਾਂ ਉੱਥੇ ਇੱਕ ਵੱਡੀ ਗਲਤੀ ਜਿਹੜੀ ਹੋਰ ਕਰ ਦਿੱਤੀ ਗਈ ਹੈ। ਜਿਹੜੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਜਿਹੜੇ ਲਾਏ ਗਏ ਨੇ ਅਜੇ ਮਾਕਨ ਜਿਹੜੇ ਆ, ਉਹਨਾਂ ਨੂੰ ਲੈ ਕੇ ਹੁਣ ਵਿਵਾਦ ਖੜਾ ਹੋ ਗਿਆ ਪੰਜਾਬ ਦੇ ਲੋਕਾਂ ਦੇ ਅੰਦਰ। ਅਕਾਲੀ ਦਲ ਨੇ ਵੀ ਇਸ ਤੇ ਸਵਾਲ ਚੁੱਕਿਆ, ਤੇ ਉੱਥੇ ਹੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਵਾਲ ਚੁੱਕਿਆ, ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਭਾਈ
ਜਿਹੜੇ ਉਸ ਬੰਦੇ ਨੂੰ ਪੰਜਾਬ ਦੇ ਵਿੱਚ ਲਾ ਦੇਣਾ ਜਿਹੜੇ ਬੰਦੇ ਦਾ ਭਰਾ ਲਲਿਤ ਮਾਕਨ ਜਿਹੜਾ 84 ਦੇ ਕਤਲੇਆਮ ਦੇ ਵਿੱਚ ਦੋਸ਼ੀ ਰਿਹਾ ਹੋਵੇ ਜਾਂ ਉਹਨੇ ਉਹਦੀ ਹਿੱਸੇਦਾਰੀ ਹੋਵੇ, ਉਸ ਦੇ ਬੰਦੇ ਨੂੰ ਇੱਥੇ ਲਗਾ ਦੇਣਾ, ਉਹ ਵੀ ਜਿਹੜੀ ਆ ਲੋਕਾਂ ਦੇ ਵਿੱਚ ਨਾਰਾਜ਼ਗੀ ਮੁੱਲ ਲੈਣ ਵਾਲੀ ਗੱਲ ਹੈਗੀ ਹੈ ਹਾਈਕਮਾਨ ਦੇ ਵੱਲੋਂ। ਕਾਂਗਰਸ ਇੱਕ ਤਰੀਕੇ ਨਾਲ ਵੱਡੀ ਗਲਤੀ ਕਰ ਰਹੀ ਹੈ ਜੀ ਜੇਕਰ ਅਜਿਹਾ ਕੋਈ ਜਿਹੜਾ ਵਿਵਾਦਿਤ ਚਿਹਰਾ ਹੈਗਾ ਪੰਜਾਬ ਦੇ ਵਿੱਚ ਉਤਾਰ ਕੇ, ਕਿਤੇ ਨਾ ਕਿਤੇ ਫਿਰ ਕਾਂਗਰਸ ਵੱਡੀ ਗਲਤੀ ਕਰਕੇ ਘਾਟੇ ਵੱਲ ਜਾ ਰਹੀ ਹੈ। ਬਿਲਕੁਲ ਦੇਖੋ, ਇਦਾਂ ਦੀਆਂ ਜਦੋਂ ਤੁਸੀਂ ਇਦਾਂ ਦੇ ਫੈਸਲੇ ਲੈਂਦੇ ਹੋ ਤਾਂ ਲਾਜ਼ਮੀ ਤੌਰ ਤੇ ਵੱਡੇ ਸਵਾਲ ਕਾਂਗਰਸ ਦੀ ਹਾਈ ਕਮਾਂਡ ਦੇ ਉੱਤੇ ਚੁੱਕਣੇ ਲਾਜ਼ਮੀ ਨੇ। ਸੋ ਇਹ ਇਕੱਲੇ ਅੰਦਰੋਂ ਇਕੱਲੇ ਨਵਜੋਤ ਸਿੰਘ ਸਿੱਧੂ ਨਹੀਂ ਚੁੱਕ ਰਹੇ, ਇਹਦੇ ਵਿੱਚ ਵਿਰੋਧੀ ਪਾਰਟੀਆਂ ਵੀ, ਆਪਾਂ ਨੂੰ ਦੇਖਿਆ ਕੱਲ ਮਜੀਠੀਆ ਸਾਹਿਬ ਦਾ ਬਿਆਨ ਆਇਆ ਹੈ, ਉਹਨਾਂ ਨੇ ਵੀ ਅਜੇ ਮਾਕਣ ਦੇ ਉੱਤੇ ਜਿਹੜਾ ਹੈਗਾ ਵੱਡੇ ਸਵਾਲ ਚੁੱਕੇ ਨੇ, ਔਰ ਇਸੇ ਤਰ੍ਹਾਂ ਕੈਪਟਨ ਸਾਹਿਬ ਨੇ ਵੱਡੇ ਸਵਾਲ ਜਿਹੜੇ ਨੇ ਅਜੇ ਮਾਕਣ ਦੀ ਨਿਯੁਕਤੀ ਬਾਰੇ ਚੁੱਕੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਉਹਨਾਂ ਦੇ ਅੰਦਰੋਂ ਵੀ ਕਾਂਗਰਸ ਦੇ ਔਰ ਬਾਹਰੋਂ ਵੀ ਜਿਹੜਾ ਹੈਗਾ ਪ੍ਰੈਸ਼ਰ ਬਣ ਰਿਹਾ ਹੈ। ਸੋ ਇਸ ਕਰਕੇ ਕਾਂਗਰਸ ਨੂੰ ਇਸ ਵੇਲੇ ਬਹੁਤ, ਆਪਾਂ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਫੂਕ ਫੂਕ ਕੇ ਕਦਮ ਧਰਨੇ ਚਾਹੀਦੇ ਨੇ, ਕਦਮ ਰੱਖਣੇ ਚਾਹੀਦੇ ਨੇ, ਪਰ ਇੱਥੇ ਕੀ ਹੋ ਰਿਹਾ, ਇੱਥੇ ਕਿਤੇ ਨਾ ਕਿਤੇ ਅਣਗਹਿਲੀ ਹੁੰਦੀ ਨਜ਼ਰ ਆ ਰਹੀ ਹੈ। ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਜ਼ਮੀਨੀ ਪੱਧਰ ਦੇ ਜਿਹੜੀ ਜਿਹੜੇ ਅਮਲ ਮਸਲੇ ਨੇ ਉਹਨਾਂ ਨਾਲ ਜੁੜੀ ਹੋਈ ਉਹ ਨਜ਼ਰ ਨਹੀਂ ਆ ਰਹੀ। ਨਤੀਜਾ ਕੀ ਨਿਕਲ ਰਿਹਾ ਕਿ ਬਾਹਰੋਂ ਲਿਆ ਕੇ ਇੱਕ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਨਤੀਜਾ ਜਿਵੇਂ ਤੁਸੀਂ ਦੱਸ ਰਹੇ ਹੋ, ਲਾਜ਼ਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ 22 ਦੀਆਂ ਚੋਣਾਂ ਦੇ ਵਿੱਚ ਹੋ ਸਕਦਾ ਹੈ ਕਿ ਭੁਗਤਣਾ ਪੈ ਜਾਏ ਕਾਂਗਰਸ ਨੂੰ। ਸੋ ਇਸ ਵੇਲੇ ਜੋ ਨਵਜੋਤ ਸਿੰਘ ਵੱਡੇ ਸਵਾਲ ਉਠਾ ਰਹੇ ਨੇ ਉਹਦੇ ਬਾਰੇ ਗੌਰ ਕਰਨ ਦੀ ਲੋੜ ਹੈ, ਉਹਦੇ ਬਾਰੇ ਸੰਸੀਅਰ ਹੋਣ ਦੀ ਲੋੜ ਹੈ, ਉਹਦੇ ਬਾਰੇ ਸੀਰੀਅਸ ਹੋਣ ਦੀ ਲੋੜ ਹੈ ਤਾਂ ਕਿ ਇਹ ਮਸਲੇ ਨੂੰ ਇੱਥੇ ਹੀ ਠੱਪ ਕੀਤਾ ਜਾਏ ਔਰ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾ ਕੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਔਰ ਉਹਨਾਂ ਨੂੰ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜਾ ਸਵਾਲ ਚੁੱਕ ਰਹੇ ਨੇ ਲਲਿਤ ਮਾਕਨ ਦੇ ਭਰਾ ਦੇ ਉੱਪਰ, ਅਜੇ ਮਾਕਨ ਦੇ ਉੱਪਰ, ਕਿ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਤੇ ਇਹਦਾ ਭਰਾ ਜਿਹੜਾ ਲਲਿਤ ਮਾਕਨ ਉਹ ਸਿੱਖਾਂ ਦਾ ਦੋਸ਼ੀ ਹੈ, ਤਾਂ ਉੱਥੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਵੀ ਲੋੜ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਹਾਲੇ ਵੀ ਕਿਸਾਨ ਅੰਦੋਲਨ ਪਿਛਲੇ 1-1.5 ਸਾਲ ਤੋਂ ਲਗਾਤਾਰ ਜਾਰੀ ਹੈ। ਬੇਸ਼ੱਕ 3 ਕਾਨੂੰਨ ਵਾਪਸ ਹੋ ਗਏ, ਪਰ ਉਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਜਿਹੜਾ ਸੰਘਰਸ਼ ਵਿੱਢਿਆ ਗਿਆ ਉਹਦੇ ਵਿੱਚ 700 ਤੋਂ ਜ਼ਿਆਦਾ ਕਿਸਾਨ ਜਿਹੜੇ ਸ਼ਹੀਦ ਹੋ ਗਏ। ਕੈਪਟਨ ਅਮਰਿੰਦਰ ਸਿੰਘ ਵੀ ਯਕਦਮ ਹੀ ਉਸੇ ਪਾਰਟੀ ਦੇ ਨਾਲ ਗਠਜੋੜ ਕਰ ਰਹੇ ਨੇ ਜਿਹੜੇ 700 ਕਿਸਾਨਾਂ ਦੀ ਸ਼ਹੀਦੀ ਤੇ ਦੋਸ਼ੀ ਪਾਰਟੀ ਹੈ, ਔਰ 84 ਦੀ ਜਿਹੜੀ ਗੱਲ ਕਰ ਰਹੇ ਨੇ ਉਸੇ ਪਾਰਟੀ ਦੇ ਨਾਲ ਗਠਜੋੜ ਕਰ ਰਹੇ ਨੇ ਜਿਹੜੀ ਪਾਰਟੀ ਦਾ ਮਾਰਗ ਦਰਸ਼ਕ ਲਾਲ ਕ੍ਰਿਸ਼ਨ ਅਡਵਾਨੀ ਹੈ, ਜਿਹਨੇ ਆਪਣੀ ਕਿਤਾਬ ਦੇ ਵਿੱਚ ਮੰਨਿਆ ਕਿ ਭਾਈ ਇੰਦਰਾ ਗਾਂਧੀ ਤਾਂ ਮੰਨਦੀ ਨਹੀਂ ਸੀ ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਦੇ ਲਈ, ਅਸੀਂ ਜਿਹੜਾ ਉਹ ਤੇ ਜ਼ੋਰ ਪਾਇਆ, ਪ੍ਰੈਸ਼ਰ ਪਾਇਆ ਕਿ ਉਹ ਜਿਹੜਾ ਹੈਗਾ ਉਹ ਤੇ ਅਟੈਕ ਕੀਤਾ ਜਾਵੇ, ਉੱਥੋਂ ਜਿਹੜਾ ਲੋਕਾਂ ਨੂੰ ਬਾਹਰ ਕੱਢਿਆ ਜਾਵੇ, ਤਾਂ ਕਹਿੰਦੇ ਅਸੀਂ ਕਰਵਾਇਆ। ਇੰਦਰਾ ਗਾਂਧੀ ਦੇ ਵਿੱਚ ਤਾਂ ਇਹੋ ਜਿਹੀ ਹਿੰਮਤ ਹੀ ਹੈ ਨਹੀਂ ਸੀਗੀ, ਤਾਂ ਫਿਰ ਅਜਿਹੀ ਪਾਰਟੀ ਜਿਹਦਾ ਮਾਰਗਦਰਸ਼ਕ ਅਡਵਾਨੀ ਹੋਵੇ ਤਾਂ ਫਿਰ ਕੈਪਟਨ ਨੂੰ ਕਿਤੇ ਨਾ ਕਿਤੇ ਆਪਦੀ ਪੀੜ੍ਹੀ ਥੱਲੇ ਵੀ ਸੋਟਾ ਮਾਰਨ ਦੀ ਲੋੜ ਹੈ ਜੀ। ਦੇਖੋ, ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਹੈ, ਕੈਪਟਨ ਸਾਹਿਬ ਤਾਂ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਬੁਖਲਾ ਚੁੱਕੇ ਨੇ, ਔਰ ਵੱਡਾ ਕਾਰਨ ਉਹਦਾ ਇਹੀ ਹੈ ਕਿ ਕਿਸੇ ਵੇਲੇ ਤਾਂ ਉਹ ਕਹਿੰਦੇ ਸੀਗੇ ਕਿ ਮੇਰੀ 17 ਦੇ ਵਿੱਚ ਆਖਰੀ ਚੋਣ ਹੈ, ਹੁਣ ਉਹ ਦੁਬਾਰਾ ਚੋਣ ਲੜਨ ਨੂੰ ਫਿਰਦੇ ਨੇ। ਦੂਜੀ ਗਲਤੀ ਉਹ ਇਹ ਕਰ ਰਹੇ ਨੇ ਕਿ ਉਸ ਪਾਰਟੀ ਦੇ ਨਾਲ ਉਹ ਸੰਬੰਧ ਜੋੜਨਾ ਚਾਹੁੰਦੇ ਨੇ ਜਾਂ ਜੋੜ ਚੁੱਕੇ ਨੇ, ਜਿਹੜੀ ਪਾਰਟੀ ਨੂੰ ਪੰਜਾਬ ਨਕਾਰ ਚੁੱਕਿਆ ਹੈ। ਇਕੱਲਾ ਨਕਾਰ ਹੀ ਨਹੀਂ ਚੁੱਕਿਆ ਪਾਰਟੀ ਦੇ, ਮਤਲਬ ਕਿ ਆਪਾਂ ਨੇ 1 ਸਾਲ ਤੋਂ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਪੰਜਾਬ ਦੀ ਪੋਲਿਟਿਕਸ ਦਾ, ਤਾਂ ਉਹਦੇ ਵਿੱਚ ਜਿੰਨੇ ਅਟੈਕ, ਜਿੰਨੇ ਆਪਾਂ ਨੇ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜਾਂ ਆਮ ਲੋਕਾਂ ਨੇ ਬੀਜੇਪੀ ਦੇ ਨੇਤਾਵਾਂ ਦੇ ਉੱਤੇ ਹੋਏ ਨੇ, ਔਰ ਉੱਥੋਂ ਇਹੀ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਹੈ ਬੀਜੇਪੀ ਦੇ ਪ੍ਰਤੀ। ਸੋ ਉਸੇ ਚੀਜ਼ ਨੂੰ ਲੈ ਕੇ ਚਾਹੇ ਉਹ 84 ਦੇ, ਆਪਾਂ ਨੂੰ ਵੀ ਪਤਾ ਹੈ ਕਿ 84 ਦਾ ਜਿਹੜਾ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਉਹਦੇ ਵਿੱਚ ਬੀਜੇਪੀ ਦੀ ਭੂਮਿਕਾ ਜਾਂ ਇਹਨਾਂ ਦੇ ਵੱਡੇ ਲੀਡਰਾਂ ਦੀ ਬੜੀ ਵੱਡੀ ਭੂਮਿਕਾ ਰਹੀ ਹੈ, ਇਹ ਸਾਰੇ ਜਾਣਦੇ ਹਾਂ। ਸੋ ਉਸੇ ਪਾਰਟੀ ਨੇ ਲਗਭਗ 750 ਕਿਸਾਨਾਂ ਨੂੰ ਸ਼ਹੀਦ ਆਪਾਂ ਨੂੰ ਕਰਵਾਇਆ, ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ 750 ਸਾਡਾ ਕਿਸਾਨ ਜਿਹੜਾ ਹੈਗਾ ਸ਼ਹੀਦ ਕੀਤਾ ਗਿਆ, ਔਰ ਉਹਦੇ ਕਰਕੇ ਜਿਹੜਾ ਹੈਗਾ ਬਹੁਤ ਸਾਰੇ, ਚਾਹੇ ਧੁੱਪਾਂ ਹੋਣ, ਚਾਹੇ ਝੱਖੜ ਹੋਣ, ਚਾਹੇ ਗਰਮੀਆਂ ਹੋਣ, ਸਰਦੀਆਂ ਹੋਣ, ਉਹਨਾਂ ਨੂੰ ਲਗਭਗ ਆਪਣੇ ਘਰ ਬਾਰ ਤਿਆਗ ਕੇ ਸੜਕਾਂ ਦੇ ਉੱਤੇ ਬੈਠਣਾ ਪਿਆ, ਔਰ ਸਾਰੇ ਆਪਾਂ ਜਾਣਦੇ ਹਾਂ, ਚਾਹੇ ਧੀਆਂ ਹੋਣ, ਸਾਡੀਆਂ ਮਾਵਾਂ ਹੋਣ, ਸਾਡੇ ਬੱਚੇ ਹੋਣ, ਹਰ ਤਰ੍ਹਾਂ ਦੇ ਜਿਹੜੇ ਵਰਗ ਸੀਗਾ ਉਸ ਅੰਦੋਲਨ ਦੇ ਵਿੱਚ ਸ਼ਾਮਿਲ ਹੈ।
ਸੋ ਉਸ ਚੀਜ਼ ਨੂੰ ਲੈ ਕੇ ਕੈਪਟਨ ਸਾਹਿਬ ਨੂੰ ਤੱਕ ਜਿੱਥੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀਗਾ, ਪੰਜਾਬ ਦੀ ਕਿਸਾਨੀ ਦੇ ਨਾਲ ਖੜਨਾ ਚਾਹੀਦਾ ਸੀਗਾ, ਉਹ ਬਿਲਕੁਲ ਸ਼ਰੇਆਮ ਹੀ, ਆਪਾਂ ਨੂੰ ਵੀ ਪਤਾ ਹੈ ਕਿ ਕੱਲ੍ਹ ਵੀ ਉਹਨਾਂ ਦੀ ਇੱਕ ਵੱਡੇ ਲੀਡਰ ਦੇ ਨਾਲ ਆਪਣੇ ਸਿਸਮਾ ਫਾਰਮ ਦੇ ਵਿੱਚ ਮੁਲਾਕਾਤ ਉਹਨਾਂ ਦੀ ਹੋਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਨਾ ਚਾਹੀਦਾ ਹੈ, ਪੰਜਾਬ ਦੇ ਜਿਹੜੇ ਲੋਕ ਸ਼ਹੀਦ ਹੋਏ ਨੇ, ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ, ਨਾ ਕਿ ਜਿਹੜੇ ਦੁਸ਼ਮਣ ਨੇ ਜਿਨ੍ਹਾਂ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਪੰਜਾਬ ਨੂੰ, ਹਰਿਆਣੇ ਨੂੰ, ਪੂਰੇ ਭਾਰਤ ਦੀ ਕਿਸਾਨੀ ਨੂੰ ਡੋਬਣ ਦੀ ਕੋਸ਼ਿਸ਼ ਕੀਤੀ, ਔਰ ਬੜੀ ਮੁਸ਼ਕਲ ਦੇ ਨਾਲ ਕਿਸਾਨਾਂ ਨੇ ਸੰਘਰਸ਼ ਕਰਕੇ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜਨ, ਨਾ ਕਿ ਪੰਜਾਬ ਦੇ ਜਿਹੜੀਆਂ ਦੁਸ਼ਮਣ ਪਾਰਟੀਆਂ ਨੇ, ਪੰਜਾਬ ਨੂੰ ਜਿਨ੍ਹਾਂ ਨੇ ਵੰਡਿਆ ਹੈ, ਪੰਜਾਬ ਨੂੰ ਜਿਨ੍ਹਾਂ ਨੇ ਨਫ਼ਰਤ ਫੈਲਾਈ ਹੈ ਪੰਜਾਬ ਦੇ ਵਿੱਚ, ਧਰਮ ਦੇ ਨਾਂ ਦੇ ਉੱਤੇ ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਦਾ ਜੋ ਹੁਣ ਤੱਕ ਰਵੱਈਆ ਰਿਹਾ ਹੈ, ਚਾਹੇ ਯੂਪੀ ਹੋਵੇ ਚਾਹੇ ਕੋਈ ਹੋਰ ਹੋਵੇ, ਅੱਜ ਵੀ ਉਹ ਯਾਨੀ ਕਿ ਡਿਵਾਈਡ ਐਂਡ ਰੂਲ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ। ਸੋ ਉਸ ਪਾਰਟੀ ਨਾਲ ਜਾਣਾ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕੈਪਟਨ ਸਾਹਿਬ ਨੂੰ ਸੋਭਦਾ ਨਹੀਂ ਹੈ, ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ। ਆਪਣਾ ਇੰਨਾ ਲਾਲਚ ਕਰਕੇ ਕਿ ਮੈਂ ਤਾਂ ਕਿਤੇ ਸੈਂਟਰ ਦੇ ਵਿੱਚ ਕੋਈ ਮੈਨੂੰ ਸੱਤਾ ਮਿਲ ਜਾਏਗੀ, ਸੋ ਉਸ ਨੂੰ ਲੈ ਕੇ ਜਿਹੜਾ ਹੈਗਾ ਇਦਾਂ ਦੀ ਪੋਲਿਟਿਕਸ ਕਰ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਸੁਖਵਿੰਦਰ ਜੀ ਬਿਲਕੁਲ ਰੁੱਖ ਸਾਹਿਬ, ਆਪਾਂ ਦੂਜੇ ਪਾਸੇ ਜੇਕਰ ਆਈਏ, ਆਪਾਂ ਗੱਲਬਾਤ ਕਰੀਏ ਕਿ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੇ ਵਿੱਚ ਗਰੰਟੀਆਂ ਤੇ ਗਰੰਟੀਆਂ ਦੇ ਰਹੇ ਨੇ, ਲਗਾਤਾਰ ਪੰਜਾਬ ਦੇ ਵਿੱਚ ਪੈਕੇਜ ਵੱਡੇ ਵੱਡੇ ਸੁੱਟ ਰਹੇ ਨੇ, ਲਗਾਤਾਰ ਲੋਕਾਂ ਨੂੰ ਪੈਸਿਆਂ ਦਾ ਮੀਂਹ ਭਰਾਉਣ ਤੱਕ ਦੀਆਂ ਗੱਲਾਂ ਜਿਸ ਤਰੀਕੇ ਦੇ ਨਾਲ ਹੋ ਰਹੀਆਂ ਨੇ, ਕਿਉਂਕਿ ਜਿੱਡੀਆਂ ਜਿੱਡੀਆਂ ਵੱਡੀਆਂ ਗਰੰਟੀਆਂ ਨੇ ਓਡੇ ਪੈਸੇ ਵੀ ਤਾਂ ਚਾਹੀਦੇ ਆ ਨਾ, ਜਦਕਿ ਪੰਜਾਬ ਦੇ ਕੋਲ ਪੈਸਾ ਹੈ ਨਹੀਂ, ਪੰਜਾਬ ਦੇ ਉੱਪਰ ਕਰਜ਼ਾ ਬਹੁਤ ਜ਼ਿਆਦਾ ਆ। ਬਜਾਏ ਇਸਦੇ ਇਹ ਦੱਸਣ ਦੇ ਕਿ ਪੰਜਾਬ ਦਾ ਵਿੱਤੀ ਸੰਕਟ ਖਤਮ ਕਿਵੇਂ ਕੀਤਾ ਜਾਊਗਾ, ਉਹ ਦੱਸਣ ਦੀ ਬਜਾਏ ਅਰਵਿੰਦ ਕੇਜਰੀਵਾਲ ਜਿਹੜੇ ਫ੍ਰੀ 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 ਵਾਲੀਆਂ ਗੱਲਾਂ ਤੇ ਹੋਏ ਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਮੈਂ ਟਵੀਟ ਆਪਣੀ ਟੀਮ ਨੂੰ ਕਵਾਂਗਾ ਕਿ ਦਿਖਾਇਆ ਜਾਵੇ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਕਿ ਭਾਈ ਤੁਸੀਂ ਫ੍ਰੀ 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 ਤਾਂ ਕਹੀ ਜਾਂਦੇ ਹੋ ਪਰ ਪੰਜਾਬ ਦੇ ਕੋਲ ਪੈਸਾ ਹੈ ਨਹੀਂ, ਪੈਸਾ ਆਊਗਾ ਕਿੱਥੋਂ ਇਹ ਤਾਂ ਦੱਸੋ ਨਾ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਫਿਰ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਸੀ ਕਿ ਮੈਂ ਸਿਆਸਤ ਬਦਲੂੰਗਾ, ਸਿਆਸਤ ਬਦਲਣ ਦੀ ਬਜਾਏ ਉਹ ਲੋਕਾਂ ਵਾਂਗੂ ਜਿਵੇਂ ਜੁਮਲਿਆਂ ਦੀ ਸਿਆਸਤ ਵਾਲੇ ਪਾਸੇ ਨੂੰ ਤੁਰ ਪਏ ਨੇ, ਜਿਵੇਂ ਅਕਾਲੀ ਦਲ ਕਰ ਰਿਹਾ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ, ਜਿਵੇਂ ਨਰਿੰਦਰ ਮੋਦੀ ਨੇ ਕੀਤੀ, ਤਾਂ ਫਿਰ ਬਾਕੀ ਪਾਰਟੀਆਂ ਤੇ ਆਪ ਦੇ ਵਿੱਚ ਫਰਕ ਹੀ ਰਹਿ ਗਿਆ। ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਖਜ਼ਾਨੇ ਦੀ ਗੱਲ ਹੈ, ਖਜ਼ਾਨੇ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਇਹ ਗੱਲ ਕਰਦੇ ਰਹੇ ਹਾਂ ਕਿ ਜੇਕਰ ਕੋਈ ਵੀ ਸਰਕਾਰ ਆਉਂਦੀ ਹੈ, ਚਾਹੇ ਨਵਜੋਤ ਸਿੰਘ ਸਿੱਧੂ ਦੀ ਰਹਿਨਮਾਈ ਦੇ ਥੱਲੇ ਬਣਦੀ ਹੈ, ਚਾਹੇ ਕੇਜਰੀਵਾਲ ਹੋਰਾਂ ਦੀ ਰਹਿਨਮਾਈ ਦੇ ਥੱਲੇ ਬਣਦੀ ਹੈ, ਜੇਕਰ ਨੀਤ ਔਰ ਨੀਤੀ ਸਾਫ਼ ਹੈ ਤਾਂ ਲਾਜ਼ਮੀ ਤੌਰ ਤੇ ਖਜ਼ਾਨੇ ਨੂੰ ਭਰਨਾ ਕੋਈ ਔਖਾ ਨਹੀਂ ਹੈ। ਕੱਲ ਕੇਜਰੀਵਾਲ ਨੇ ਇਹ ਵੱਡਾ ਬਿਆਨ ਇਹ ਵੀ ਦਿੱਤਾ ਨਾਲ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪੈਸੇ, ਇਹੀ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਹਜ਼ਾਰ ਹਜ਼ਾਰ ਰੁਪਇਆ ਤੁਸੀਂ ਮਹਿਲਾਵਾਂ ਨੂੰ ਦੇਵੋਗੇ ਪਰ ਪੈਸਾ ਆਏਗਾ ਕਿੱਥੋਂ, ਤਾਂ ਉਹਨਾਂ ਦਾ ਜਵਾਬ ਇਹੀ ਸੀਗਾ ਕਿ ਭਾਈ ਜਿਹੜੀ ਨਸ਼ੇ ਦੇ ਸੌਦਾਗਰ ਨੇ, ਨਸ਼ੇ ਦਾ ਮਾਫੀਆ ਹੈ ਔਰ ਬਾਕੀ ਮਾਫੀਆ ਨਾ ਰੇਤ ਮਾਫੀਆ ਹੈ ਜਾਂ ਹੋਰ ਮਾਫੀਆ ਹੈ, ਇਹਨਾਂ ਨੂੰ ਤੁਸੀਂ ਕੰਟਰੋਲ ਕਰ ਲਓ, ਇਹੀ ਪੈਸਾ ਜਿਹੜਾ ਹੈਗਾ ਤੁਹਾਡਾ ਇਹਦੇ ਨਾਲ ਖਜ਼ਾਨਾ ਭਰਿਆ ਜਾ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਖਜ਼ਾਨਾ ਭਰਨਾ ਜਿਹੜਾ ਹੈਗਾ ਕੋਈ ਔਖਾ ਕੰਮ ਨਹੀਂ ਹੈ, ਸੋ ਇਹ ਬਹੁਤ ਸੌਖਾ ਕੰਮ ਹੈ। ਇਹਦੇ ਵਿੱਚ ਤਾਂ ਹੀ ਇਹ ਹੋ ਸਕਦਾ ਹੈ, ਇਹਦੇ ਵਿੱਚ ਸੰਭਾਵਨਾਵਾਂ, ਜੇਕਰ ਤੁਹਾਡੀ ਨੀਤ ਔਰ ਨੀਤੀ ਸਾਫ਼ ਹੈ। ਸੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਦੇਖਿਆ ਹੈ, ਲਗਭਗ ਪਿਛਲੇ 15 ਤੋਂ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਫੀਆ ਡਿਵੈਲਪ ਹੋਇਆ ਔਰ ਉਸ ਮਾਫੀਏ ਨੇ ਤੁਹਾਡੀ ਇਕਨੋਮੀ ਦੇ ਉੱਤੇ ਪੂਰਾ ਦਾ ਪੂਰਾ ਕੰਟਰੋਲ ਕੀਤਾ ਹੋਇਆ, ਸੋ ਇਸ ਕਰਕੇ ਉਸ ਕੰਟਰੋਲ ਨੂੰ ਤੋੜਨ ਦੀ ਲੋੜ ਹੈ। ਉਹਦੇ ਵਿੱਚ ਇਹੀ ਹੈ ਕਿ ਨੀਤ ਔਰ ਨੀਤੀ ਤੁਹਾਨੂੰ ਬਣਾਉਣੀ ਪਏਗੀ। ਚਾਹੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਜਾ ਵੜਿੰਗ ਜੀ ਬਾਰੇ ਆਪਾਂ ਨੇ ਪਤਾ ਹੈ ਕਿ ਜਿਹੜਾ ਟਰਾਂਸਪੋਰਟ ਮਾਫੀਆ ਸੀਗਾ, ਜਦੋਂ ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੌਲੀ ਹੌਲੀ ਕੀ ਹੋ ਗਿਆ ਕਿ PRTC ਜਾਂ ਜਿਹੜੀ ਰੋਡਵੇਜ਼ ਦੀਆਂ ਬੱਸਾਂ ਘਾਟੇ 'ਚ ਜਾਣ ਦੀ ਬਜਾਏ ਉਹਨਾਂ ਨੂੰ ਵਾਧਾ ਹੋਣਾ ਸ਼ੁਰੂ ਹੋ ਗਿਆ, ਇਹੀ ਕਰੋੜਾਂ ਰੁਪਈਆ ਉਹਨਾਂ ਦਾ ਜਿਹੜਾ ਸੀਗਾ ਖਜ਼ਾਨੇ 'ਚ ਆਉਣਾ ਸ਼ੁਰੂ ਹੋ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਨੀਤ ਸਾਫ਼ ਹੈ ਤੁਹਾਡੀ, ਇਹ ਜਿਹੜਾ ਮਾਫੀਏ ਦਾ ਪੈਸਾ ਹੈ ਇਹਦੇ ਨਾਲ ਤੁਸੀਂ ਲੋਕਾਂ ਦੇ ਉੱਤੇ ਬਹੁਤ ਭਾਰੀ ਖਰਚ ਕਰ ਸਕਦੇ ਹੋ ਔਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇ ਸਕਦੇ ਹੋ, ਐਜੂਕੇਸ਼ਨ ਦੇ ਬਾਰੇ ਤੁਸੀਂ ਵਧੀਆ ਸੋਚ ਸਕਦੇ ਹੋ, ਹੈਲਥ ਦੇ ਬਾਰੇ ਔਰ ਜਿਹੜੀਆਂ ਬਾਕੀ ਬੁਨਿਆਦੀ ਸਹੂਲਤਾਂ ਨੇ ਉਹ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇ ਸਕਦੇ ਹੋ। ਇਹੀ ਵੱਡਾ ਵੱਡੀ ਗੱਲ ਹੈ, ਇਹੀ ਮਾਡਲ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ, ਇਹੀ ਮਾਡਲ ਜਿਹੜਾ ਕੇਜਰੀਵਾਲ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ
ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਤਰ੍ਹਾਂ ਡਾਕਟਰ ਭੀਮਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ।